ਇਟਸ ਯੂਅਰ ਬੋਡੀ ਹੌਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਡੀ ਹੌਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਮੈਂ ਤੁਹਾਡੇ ਲਈ ਹੈਲਥ ਨਾਲ ਰਿਲੇਟਡ ਇੱਕ ਵੀਡੀਓ ਲੈ ਕੇ ਹਾਜ਼ਰ ਹੋਇਆ, ਕਿਉਂਕਿ ਬਹੁਤ ਸਾਰੇ ਲੋਕ ਇਹ ਜਾਣਨਾ ਚਾਹੁੰਦੇ ਆ ਕਿ ਸਾਨੂੰ ਰਾਤ ਨੂੰ ਸੌਣ ਸਮੇਂ ਖੱਬੇ ਪਾਸੇ ਕਰਵਟ ਜਾਂ ਪਾਸਾ ਲੈ ਕੇ ਸੌਣਾ ਚਾਹੀਦਾ ਜਾਂ ਸੱਜੇ ਪਾਸੇ। ਸੋ ਦੋਸਤੋ, ਇਸ ਗੱਲ ਦਾ ਬਹੁਤ ਸਾਰੇ ਲੋਕਾਂ ਨੂੰ ਡਾਊਟ ਰਹਿੰਦਾ ਕਿ ਸਾਡੀ ਹੈਲਥ ਲਈ ਕਿਸ ਸਾਈਡ ਕਰਵਟ ਜਾਂ ਪਾਸਾ ਲੈ ਕੇ ਸੌਣਾ ਲਾਭਦਾਇਕ ਆ। ਦੋਸਤੋ, ਆਪਾਂ ਇਸ ਵੀਡੀਓ ਵਿੱਚ ਇਹੀ ਗੱਲ ਕਰਾਂਗੇ ਕਿ ਸਾਨੂੰ ਰਾਤ ਨੂੰ ਸੌਣ ਸਮੇਂ ਲੈਫਟ ਸਾਈਡ ਕਰਵਟ ਲੈ ਕੇ ਸੌਣਾ ਚਾਹੀਦਾ ਜਾਂ ਰਾਈਟ ਸਾਈਡ ਕਰਵਟ ਲੈ ਕੇ ਸੌਣਾ ਚਾਹੀਦਾ, ਤਾਂ ਜੋ ਅਸੀਂ ਤੰਦਰੁਸਤ ਤੇ ਸੁਖੀ ਜੀਵਨ ਬਤੀਤ ਕਰ ਸਕੀਏ ਤੇ ਬਹੁਤ ਸਾਰੇ ਰੋਗਾਂ ਤੋਂ ਬਚ ਸਕੀਏ। ਤੇ ਦੋਸਤੋ, ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਿਓ ਤੇ ਮੈਂ ਤੁਹਾਨੂੰ ਫਰਮਾਇਸ਼ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਡੀ ਹੌਲੀ ਬਾਬਾ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਇਸ ਦੇ ਨਾਲ ਜੋ ਬੈਲ ਦਾ ਆਈਕਨ ਆ ਰਿਹਾ ਉਸ ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ, ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਇਹੀ ਗੱਲ ਕਰਦੇ ਹਾਂ ਕਿ ਸਾਨੂੰ ਰਾਤ ਨੂੰ ਸੌਣ ਸਮੇਂ ਲੈਫਟ ਸਾਈਡ ਕਰਵਟ ਲੈ ਕੇ ਸੌਣਾ ਚਾਹੀਦਾ ਜਾਂ ਰਾਈਟ ਸਾਈਡ, ਤਾਂ ਦੋਸਤੋ ਇਸ ਦਾ ਸਹੀ ਆਨਸਰ ਇਹ ਆ ਕਿ ਸਾਨੂੰ ਰਾਤ ਨੂੰ ਸੌਣ ਸਮੇਂ ਹਮੇਸ਼ਾ ਲੈਫਟ ਸਾਈਡ ਕਰਵਟ ਜਾਂ ਪਾਸਾ ਲੈ ਕੇ ਹੀ ਸੌਣਾ ਚਾਹੀਦਾ, ਕਿਉਂਕਿ ਜਦੋਂ ਅਸੀਂ ਖੱਬੇ ਪਾਸੇ ਮੂੰਹ ਕਰਕੇ ਜਾਂ ਕਰਵਟ ਲੈ ਕੇ ਸੌਂਦੇ ਹਾਂ ਤਾਂ ਸਾਡੇ ਦਿਲ ਨੂੰ ਪੂਰੀ ਬਾਡੀ ਵਿੱਚ ਬਲੱਡ ਸਪਲਾਈ ਕਰਨਾ ਬਹੁਤ ਈਜ਼ੀ ਹੋ ਜਾਂਦਾ, ਪਰ ਜੇ ਅਸੀਂ ਸੱਜੇ ਪਾਸੇ ਕਰਵਟ ਜਾਂ ਪਾਸਾ ਲੈ ਕੇ ਸੌਂਦੇ ਹਾਂ ਤਾਂ ਸਾਡੇ ਦਿਲ ਦਾ ਪੂਰੀ ਬਾਡੀ ਵਿੱਚ ਬਲੱਡ ਸਪਲਾਈ ਕਰਨ ਵਿੱਚ ਬਹੁਤ ਜ਼ੋਰ ਤੇ એનર્ਜੀ ਲੱਗਦੀ ਆ, ਜਿਸ ਕਾਰਨ ਸਾਰੇ ਬਾਡੀ ਪਾਰਟਸ ਤੱਕ ਪ੍ਰੋਪਰ ਬਲੱਡ ਸਪਲਾਈ ਵੀ ਨਹੀਂ ਹੁੰਦਾ। ਇਸ ਨਾਲ ਕਾਫੀ ਤਰ੍ਹਾਂ ਦੇ ਰੋਗ ਲੱਗਣ ਦਾ ਖਤਰਾ ਵੀ ਬਣਿਆ ਰਹਿੰਦਾ। ਇਸ ਤੋਂ ਬਿਨਾਂ ਇਹ ਬਹੁਤ ਸਾਰੀਆਂ ਰਿਸਰਚਸ ਵਿੱਚ ਵੀ ਸਿੱਧ ਹੋ ਚੁੱਕਿਆ ਕਿ ਸਾਨੂੰ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਹਮੇਸ਼ਾ ਖੱਬੇ ਪਾਸੇ ਮੂੰਹ ਕਰਕੇ ਹੀ ਸੌਣਾ ਚਾਹੀਦਾ। ਆਯੁਰਵੇਦਾ ਅਨੁਸਾਰ ਵੀ ਖੱਬੇ ਪਾਸੇ ਕਰਵਟ ਲੈ ਕੇ ਸੌਣਾ ਸਿਹਤ ਲਈ ਗੁਣਕਾਰੀ ਮੰਨਿਆ ਜਾਂਦਾ। ਇਸ ਤੋਂ ਬਿਨਾਂ ਜੇ ਆਪਾਂ ਪੇਟ ਦੀ ਗੱਲ ਕਰੀਏ ਤਾਂ ਭੋਜਨ ਨੂੰ ਚੰਗੀ ਅਤੇ ਸਹੀ ਤਰ੍ਹਾਂ ਪਚਾਉਣ ਲਈ ਖੱਬੇ ਪਾਸੇ ਹੀ ਕਰਵਟ ਲੈ ਕੇ ਸੌਣਾ ਚਾਹੀਦਾ, ਕਿਉਂਕਿ ਇਸ ਨਾਲ ਭੋਜਨ ਪੇਟ ਵਿੱਚ ਮੌਜੂਦ ਗੈਸਟ੍ਰਿਕ ਜੂਸ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਜੋ ਭੋਜਨ ਨੂੰ ਚੰਗੀ ਤਰ੍ਹਾਂ ਪਚਣ ਵਿੱਚ ਮਦਦ ਕਰਦਾ। ਪਰ ਬ੍ਰੇਨ ਦੀ ਤੰਦਰੁਸਤੀ ਲਈ ਤੁਸੀਂ ਕਿਸੇ ਪਾਸੇ ਵੀ ਕਰਵਟ ਲੈ ਕੇ ਸੌਂ ਸਕਦੇ ਹੋ, ਇਹ ਲੈਫਟ ਜਾਂ ਰਾਈਟ ਸਾਈਡ ਹੋ ਸਕਦੀ ਹੈ। ਪਰ ਓਵਰਆਲ ਆਪਾਂ ਜੇ ਪੂਰੇ ਸਰੀਰ ਦੀ ਤੰਦਰੁਸਤੀ ਲਈ ਗੱਲ ਕਰੀਏ ਤਾਂ ਸਾਨੂੰ ਹਮੇਸ਼ਾ ਲੈਫਟ ਸਾਈਡ ਟਰਨ ਕਰਕੇ ਜਾਣੀ ਖੱਬੇ ਪਾਸੇ ਕਰਵਟ ਲੈ ਕੇ ਹੀ ਸੌਣਾ ਚਾਹੀਦਾ। ਇਸ ਨਾਲ ਅਸੀਂ ਬਹੁਤ ਸਾਰੇ ਰੋਗਾਂ ਤੋਂ ਬਚ ਸਕਦੇ ਹਾਂ ਅਤੇ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹਾਂ। ਸੋ ਦੋਸਤੋ, ਇਸ ਵੀਡੀਓ ਵਿੱਚ ਇੰਨਾ ਹੀ। ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਜੇ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ, ਲਾਈਕ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਪਹਿਲਾਂ ਤੁਸੀਂ ਕਿਸ ਸਾਈਡ ਕਰਵਟ ਕਰਕੇ ਸੌਂਦੇ ਸੀ। ਇਸ ਤੋਂ ਬਿਨਾਂ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਦੇ ਪਰਿਵਾਰ ਨਾਲ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਉਹ ਵੀ ਜਾਣ ਸਕਣ ਕਿ ਸਾਨੂੰ ਤੰਦਰੁਸਤ ਸਰੀਰ ਲਈ ਕਿਸ ਪਾਸੇ ਕਰਵਟ ਜਾਂ ਪਾਸਾ ਲੈ ਕੇ ਸੌਣਾ ਚਾਹੀਦਾ। ਸੋ ਦੋਸਤੋ, ਇੰਨੇ ਸ਼ਬਦਾਂ ਨਾਲ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ ਤੇ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੌਲੀ ਬਾਬਾ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਇਸ ਦੇ ਨਾਲ ਜੋ ਬੈਲ ਦਾ ਆਈਕਨ ਆ ਰਿਹਾ ਉਸ ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਜੀ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।